इस हालात दे विच आके सब हार जांदे ने, सब पिछे हट जांदे ने। हुण सफर तां उन्हां नूं करना पैंदा जिन्हां दे घर दे विच जम्मिया, जिहड़ी मां ने ढिड्डों जम्मिया। ਕਰ ਦੇਣਾ ਪਰਮਾਤਮਾ ਠੀਕ ਹੋਈ ਦੇ ਕਿੰਨਾ ਦੋਏ ਅਸੀਂ ਤੇਰਾ ਵੀ ਵਿਆਹ ਨਹੀਂ ਹੋ ਸਕਿਆ ਇਸੇ ਕਰਕੇ ਵੇਖ ਲਾ ਕਹਿੰਦਾ ਕੁੜੀ ਕੌਣ ਦਿੰਦਾ ਹਨਾ ਵੀ ਜਿਹਦੇ ਘਰੇ ਭਰਾ ਪੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਮੈਂ ਤਾਂ ਕਿਵੇਂ ਤੱਕਣੀ ਹੋ ਵੀਰੇ ਸਤਿ ਸ੍ਰੀ ਅਕਾਲ ਪਛਾਣਿਆ ਮੈਨੂੰ ਹੈਂ ਹਾਂ ਹੋਰ ਸੁਣਾ ਬਾਈ ਸਿੰਗਲ ਕਾਹਤੋਂ ਲਾਈ ਫਿਰਦੇ ਆ ਇਹਨੂੰ ਖੋਲ ਦੀਏ ਖੋਲ ਲਈਏ ਬੇਬੇ ਸਤਿ ਸ੍ਰੀ ਅਕਾਲ ਮਾਂ ਅਸੀਂ ਆਏ ਸੀ ਤੇਰੇ ਮੁੰਡੇ ਵਾਸਤੇ ਮਨੁੱਖਤਾ ਦੀ ਸੇਵਾ ਤੋਂ ਆਏ ਹਾਂ ਤੇ ਇਹਨੂੰ ਲੈ ਕੇ ਜਾਣਾ ਨਹੀਂ ਨਹੀਂ ਬਹਿਣਾ ਨੀ ਮਾਂ ਅਸੀਂ ਤਾਂ ਉਹਦੀ ਇੰਨੇ ਦੂਰੇ ਕਿੱਥੇ ਤੁਰੇ ਫਿਰਦੇ ਕੁੱਤੇ ਇੰਨੇ ਕਾਹਤੋਂ ਰੱਖਿਆ ਘਰੇ ਕੀ ਨਾਮ ਵੀਰੇ ਦਾ ਸੋਨੀ ਕਿਵੇਂ ਸੋਨੀ ਬਾਈ ਆਜਾ ਤਮਲਾ ਉਹ ਸੋਨਿਆ ਆ ਤਮਲਾ ਹੋਰ ਸੁਣਾ ਬਾਈ ਕਿੰਨਾ ਪੜਿਆ ਸੋਨੀ ਵੀਰੇ ਹੈ ਸੱਤ ਪੜਿਆ ਠੀਕ ਹੈ ਬਾਈ ਬਈ ਤਾਂ ਬਾਈ ਸੰਗਲ ਖਿਲਾਉਣ ਆਇਆ ਤੇਰਾ ਕੋਈ ਨੀ ਕੋਈ ਨੀ ਬਿਲਕੁਲ ਕੋਈ ਨੀ ਕੋਈ ਨੀ ਸੋਨੀ ਵੀਰੇ ਸੰਗਲ ਖੋਲ ਦੀਏ ਤੇਰੇ ਹੈ ਕਿਵੇਂ ਯਾਰ ਸੰਗਲਾਂ ਨਾਲ ਬੰਨਿਆ ਪਿਆ ਮੈਂ ਹੈ ਬਾਈ ਜਿੰਦਾ ਖੋਲ ਦੀਏ ਨੌ ਗੱਡੇ ਗੱਡੇ ਲੰਬੇ ਹੋਏ ਪਏ ਵੀਰੇ ਦੇ ਸੋਨੀ ਵੀਰੇ ਹੋ ਖੜਾ ਇੱਧਰ ਨੂੰ ਮਚਾ ਕੇ ਇੱਧਰ ਨੂੰ ਖੜਾ ਹੋ ਸੋਨੀ ਉਹ ਸੋਨਿਆ ਬੁਖਾਰ ਚੜਿਆ ਹਾਂ ਬਾਈ ਬੁਖਾਰ ਆ ਯਾਰ ਤੈਨੂੰ ਤਾਂ ਕੋਈ ਗੱਲ ਨੀ ਆਪਾਂ ਦਵਾਈ ਦਵਾ ਕੇ ਲਿਆਉਂਦੇ ਚੱਲ ਫਿਰ ਠੀਕ ਹੋ ਜਾਣਾ ਸੋਨੀ ਤਾਂ ਚੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਝਮੇੜੀ ਪਿੰਡ ਖੜੇ ਆ ਖੇੜੀ ਝਮੇੜੀ ਪਿੰਡ ਇਹ ਦੋਨੋਂ ਨਾਮ ਜੁੜ ਕੇ ਬੋਲਿਆ ਜਾਂਦਾ ਵੈਸੇ ਅੱਗੇ ਖੇੜੀ ਪਿੰਡ ਅੱਗੇ ਆ ਝਮੇੜੀ ਆ ਲੁਧਿਆਣੇ ਸ਼ਹਿਰ ਦੀ ਬੁੱਕਲ ਚ ਪੈਂਦਾ ਪਿੰਡ ਇਹ ਇੱਥੇ ਬਲਵੀਰ ਸਿੰਘ ਸੋਨੀ ਆ ਵੀਰ ਦਾ ਨਾਂ ਸਿਰ 'ਚ ਸੱਟਾਂ ਲੱਗੀਆਂ ਸੀ ਕੋਈ ਨਾਲ ਦੇ ਇਹਦੇ ਦੋਸਤ ਨੇ ਇਹਨੂੰ ਮਾਰ ਕੇ ਸੁੱਟਿਆ ਹੁੰਦਾ ਸੀ ਇੱਕ ਕਿਸਮ ਦਾ ਸ਼ਰਾਬ ਸ਼ਰੂਬ ਪੀਤੀ ਹੋਈ ਸੀ ਪਤਾ ਨਹੀਂ ਕੀ ਗੱਲ ਹੋਈ ਕਾਹਤੋਂ ਇਹਨੂੰ ਮਾਰਿਆ ਉਹਨੇ ਕਿ ਰੱਬ ਜਾਣਦਾ ਅੱਜ ਉਹ ਮੁੰਡਾ ਵੀ ਦੱਸਦੇ ਵੀਰ ਹੁਣੀ ਨਾਲ ਦੇ ਪਿੰਡ ਦਾ ਸੀ ਉਹ ਵੀ ਹੈ ਨਹੀਂ ਇਸ ਦੁਨੀਆਂ 'ਤੇ ਉਹ ਵੀ ਚੜ੍ਹਾਈ ਕਰ ਗਿਆ ਪਰ ਇਹਦੇ ਵੀਰ ਦੇ ਸਿਰ 'ਚ ਟਾਂਕੇ ਲੱਗੇ ਖੂਨ ਅੰਦਰ ਪੈ ਗਿਆ ਕਿਤੇ ਜਾਂਦਾ ਨਹਿਰ ਦੇ ਨਹਿਰ ਤੋਂ ਚੱਕ ਕੇ ਲਿਆਏ ਸੀ ਨਹਿਰ ਤੋਂ ਚੱਕ ਕੇ ਲੈ ਕੇ ਆਏ ਸੀ ਬਾਈ ਨੂੰ ਉਸ ਤੋਂ ਬਾਅਦ ਇਲਾਜ ਵੀ ਕਰਾਇਆ ਪਰ ਉਦੋਂ ਬਾਅਦ ਇਹ ਅਪਸੈਟ ਹੋ ਗਿਆ ਗੁੱਸਾ ਕਰਨਾ ਸਾਰਾ ਦਿਨ ਬੋਲੀ ਜਾਣਾ ਇੱਟਾਂ ਰੋੜੇ ਮਾਰਨੇ ਕਿਸੇ ਦੇ ਵੀ ਘਰੇ ਵੜ ਜਾਣਾ ਧੱਕੇ ਨਾਲ ਫਿਰ ਅਖੀਰ ਨੂੰ ਮਾਂ ਕੋਲ ਇੱਕੋ ਹੀ ਤਰ੍ਹਾਂ ਦਾ ਹੱਲ ਰਹਿ ਗਿਆ ਸੀ ਇਹਨੂੰ ਸੰਗਲ ਨਾ ਬੰਨਣਾ ਦਵਾਈਆਂ ਵੀ ਮਾਂ ਕਹਿੰਦੀ ਮੈਂ ਦਵਾਈਆਂ ਮਾਂ ਵੀ ਵਿਚਾਰੀ ਭਗਤ ਨੇ ਸਿੱਧੀ ਮਾਂ ਜਾ ਕੇ ਆਈ ਮਾਂ ਵੀ ਭਗਤਣੀ ਆ ਘਰ ਦਾ ਕੰਮ ਕਰਨ ਜੋਗੀ ਆ ਰੋਟੀਆਂ ਲਾ ਲੈਂਦੀ ਆ ਮੱਝਾਂ ਨੂੰ ਪੱਠੇ ਪਾ ਲੈਂਦੀ ਆ ਇੱਕ ਭਰਾ ਜਿਹੜਾ ਇਹਦੇ ਨਾਲ ਰਹਿੰਦਾ ਵਾ ਇੱਕ ਭਰਾ ਅੱਡ ਵਿੱਢ ਆ ਉਹਦੇ ਬੱਚੇ ਆ ਚਲੋ ਭਰਾ ਵੀ ਸਪੋਰਟ ਕਰਦੇ ਆ ਭਰਾ ਵੀ ਸਾਊ ਆ ਵਿਚਾਰੇ ਪਰ ਹੱਲ ਤਾਂ ਇਲਾਜ ਰਾਹੀਂ ਹੋਣਾ ਚਾਹੀਦਾ ਹੱਲ ਤਾਂ ਅੱਗੇ ਕੀ ਹੁੰਦਾ ਸੀ ਸਮਾਜ ਇੱਕ ਪਰਿਵਾਰ ਹੁੰਦਾ ਸੀ ਚਾਚੇ ਤਾਏ ਭੂਆ ਮਾਮੇ ਮਾਸੀਆਂ ਹੈ ਨਾ ਕਿੱਡਾ ਵੱਡਾ ਸਾਡਾ ਰਿਸ਼ਤੇਦਾਰਾਂ ਦਾ ਇੱਕ ਕੁਨਵਾ ਹੁੰਦਾ ਪਰ ਇਸ ਹਾਲਾਤ ਦੇ ਵਿੱਚ ਆ ਕੇ ਸਭ ਹਾਰ ਜਾਂਦੇ ਨੇ ਸਭ ਪਿੱਛੇ ਹਟ ਜਾਂਦੇ ਨੇ ਹੁਣ ਸਫ਼ਰ ਤਾਂ ਉਹਨਾਂ ਨੂੰ ਕਰਨਾ ਪੈਂਦਾ ਜਿਨ੍ਹਾਂ ਦੇ ਘਰ ਦੇ ਵਿੱਚ ਜੰਮਿਆ ਜਿਹੜੀ ਮਾਂ ਨੇ ਢਿੱਡੋਂ ਜੰਮਿਆ ਉਹ ਕਿੱਥੇ ਜਾਵੇ ਛੱਡ ਕੇ ਇਹਨੂੰ
ਉਹਨੂੰ ਤਾਂ ਰੋਟੀ ਵੀ ਦੇਣੀ ਪੈਂਦੀ ਆ, ਉਹਨੇ ਇਹਦਾ ਲੈਟਰਿਨ ਬਾਥਰੂਮ ਵੀ ਚੱਕਣਾ, ਉਹਨੇ ਇਹਨੂੰ ਲੀੜਾ ਕੱਪੜਾ ਵੀ ਦੇਣ ਦਾ ਯਤਨ ਕਰਨਾ ਵਾ ਵਿਚਾਰੀ ਨੇ। ਮੈਂ ਤੁਹਾਡੇ ਨਾਲ ਤਾਂ ਨੀ ਗੁੱਸੇ ਹੁੰਦਾ ਹੈ, ਠੀਕ ਆ ਦਿਮਾਗ ਤੇ ਕੋਈ ਗੱਲ ਆ ਗਈ ਤੇ ਹੁਣ ਇਹਨੂੰ ਕਿੰਨਾ ਟਾਈਮ ਹੋ ਗਿਆ ਬੰਨੇ ਨੂੰ ਬਾਈ? ਇੰਨੇ ਸਮੇਂ ਤੋਂ ਵੀਰ ਏਦਾਂ ਜਦੋਂ ਇਹਦੇ ਸੱਟ ਲੱਗੀ ਉਸ ਤੋਂ ਬਾਅਦ ਅਪਸੈਟ ਹੋ ਗਿਆ, ਅਗਰੈਸਿਵ ਹੋਣ ਲੱਗ ਗਿਆ, ਲੋਕਾਂ ਦੇ ਘਰੇ ਚਲੇ ਜਾਂਦਾ ਸੀ, ਮੈਂ ਫਿਰ ਮਾਰਦਾ ਕੁੱਟਦਾ ਸੀ ਲੋਕਾਂ ਨੇ ਮਾਂ ਵਿਚਾਰੀ ਇਹ ਵੀ ਭਗਤਣੀ ਆ ਰੱਬ ਦੀ, ਸਿੱਧੀ ਆ ਹੱਥ ਪੈਰ ਇਹਦੇ ਵੀ ਵਿਚਾਰੀ ਦੇ, ਸਾਰਾ ਦਿਨ ਗੋਹਾ ਨੰਗੇ ਪੈਰ ਗਲੇ ਪਏ ਨੇ ਪੈਰ ਮਾਂ ਦੇ। ਇਸ ਤਰ੍ਹਾਂ ਦੇ ਸਿੱਧੇ ਸਾਧੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀ ਤਕਲੀਫ ਜਦੋਂ ਆਉਂਦੀ ਆ ਤਾਂ ਸੋਝੀ ਵੀ ਨਹੀਂ ਹੁੰਦੀ ਵੀ ਜਾਈਏ ਕਿੱਧਰ ਨੂੰ, ਕਰੀਏ ਤੇ ਕਰੀਏ ਕੀ। ਅਸੀਂ ਅੱਜ ਬਲਵੀਰ ਬਾਈ ਨੂੰ, ਸੋਨੀ ਨੂੰ ਸੁਪਨਿਆਂ ਦੇ ਘਰ ਨਾਲ ਲੈ ਕੇ ਚੱਲੇ ਆ, ਮਾਤਾ ਜੀ ਵੀ ਨਾਲ ਸਾਡੇ ਜਾਣਗੇ। ਉੱਥੇ ਕੁਛ ਦਿਨ ਰਹਿ ਕੇ ਵੀਰ ਦਾ ਟ੍ਰੀਟਮੈਂਟ ਹੋ ਸਕੇ, ਥੋੜਾ ਸ਼ਾਂਤ ਹੋ ਜਾਵੇ, ਵੀਰਾ ਠੀਕ ਹੋ ਜਾਵੇ, ਆਪਦੇ ਘਰ ਦੇ ਕੰਮ ਕਰਨ ਜੋਗਾ ਹੋ ਜਾਵੇ। ਵੀਰ ਪੜ੍ਹਿਆ ਤਾਂ ਸਾਥੀ ਹੋਇਆ ਪਰ ਖੇਤੀਬਾੜੀ ਵਾਲਾ ਪਰਿਵਾਰ ਆ, ਡੰਗਰ ਪਸ਼ੂ ਰੱਖੇ ਆ, ਇਹੀ ਹੀਲਾ ਵਸੀਲਾ ਘਰ ਦੇ ਕੰਮ ਕਾਰ ਕਰਨ ਦਾ। ਚਲੋ ਜੀ ਇੰਨਾ ਹੀ ਕਰਨ ਲੱਗ ਜਾਵੇ ਤੇ ਮਹਾਰਾਜ ਮਿਹਰ ਕਰਨ, ਅਰਦਾਸ ਕਰਿਓ ਸਾਰੇ। ਇਸ ਤਰ੍ਹਾਂ ਦੇ ਨੌਜਵਾਨ ਜਦੋਂ ਬੰਨੇ ਜਾਂਦੇ ਆ, ਇੱਦਾਂ ਦੇ ਹਾਲਾਤਾਂ 'ਚ ਪਹੁੰਚ ਜਾਂਦੇ ਆ, ਖਾਸ ਕਰਕੇ ਅਸੀਂ ਰਿਸ਼ਤੇਦਾਰਾਂ ਨੂੰ ਬੇਨਤੀ ਕਰਦੇ ਹਾਂ, ਮਾਮੇ ਭੂਆ ਫੁੱਫੜ ਮਾਸੀਆਂ ਮਾਸੜ ਸਾਰਿਆਂ ਨੂੰ, ਇਕੱਲੀ ਇਹਦੀ ਗੱਲ ਨਹੀਂ ਕਰਦੇ, ਹੋਰ ਵੀ ਬਹੁਤ ਸਾਰੇ ਨੌਜਵਾਨ ਨੇ, ਭੈਣਾਂ ਵੀ ਬੰਨੀਆਂ ਹੋਈਆਂ ਸਾਡੀਆਂ, ਬਾਪੂ ਬਜ਼ੁਰਗ ਬੰਨੇ ਹੋਏ, ਵੀ ਆਪਾਂ ਰਲ ਕੇ ਉਪਰਾਲਾ ਕਰੀਏ। ਸਾਡੇ ਹੁਣ ਕੈਂਪ ਲੱਗਦੇ ਆ, ਹਰ ਮਹੀਨੇ ਅਸੀਂ 2 ਕੈਂਪ ਲਾਉਂਦੇ ਹਾਂ, ਕਰੀਬ 4-5 ਹਜ਼ਾਰ ਮਰੀਜ਼ ਹਰ ਮਹੀਨੇ ਦਵਾਈਆਂ ਲੈਣ ਆਉਂਦੇ ਨੇ, ਸੰਗਲਾਂ ਨਾਲ ਬੰਨੇ ਹੋਏ ਲੈ ਕੇ ਆਉਂਦੇ ਨੇ ਮਾਂ ਬਾਪ। ਪਰ ਉਹ ਲੋਕ ਲੈ ਕੇ ਆਉਂਦੇ ਨੇ ਜਿਨ੍ਹਾਂ ਦੇ ਨਾਲ 4 ਭੈਣ ਭਰਾ ਖੜ ਜਾਂਦੇ ਨੇ, ਕਿਉਂ ਇਕੱਲੇ ਨੂੰ ਤਾਂ ਹੁਣ ਮਾਤਾ ਵਿਚਾਰੀ ਖੱਲੀ ਕਿਵੇਂ ਖੋਲ੍ਹ ਕੇ ਲੈ ਜਾਊ ਇਹਨੂੰ ਇੱਥੋਂ। ਅਤੇ ਰਿਸ਼ਤੇਦਾਰਾਂ ਦਾ ਫਰਜ਼ ਬਣਦਾ ਵੀ ਚਲੋ ਹਾਰਾ ਨਾਰਾ ਤਾਂ ਮਾਰੀਏ ਇਕੱਠੇ ਹੋ ਕੇ, ਤੁਸੀਂ ਕੈਂਪ 'ਚ ਲਿਆਓ, ਆਪਾਂ ਉੱਥੇ ਡਾਕਟਰਾਂ ਨੂੰ ਚੈੱਕਅਪ ਕਰਕੇ ਦਵਾਈਆਂ ਸ਼ੁਰੂ ਕਰਾਵਾਂਗੇ, 10-20 ਦਿਨ ਉੱਥੇ ਰੱਖ ਕੇ ਦਵਾਈਆਂ ਦੇ ਦਾਂਗੇ, ਤਾਂ ਜੋ ਜਿਹਦੇ ਨਾਲ ਥੋੜ੍ਹਾ ਜੇ ਕੋਈ ਅਗਰੈਸਿਵ ਆ ਗੁੱਸੇ 'ਚ ਆ ਜ਼ਿਆਦਾ ਜਾਂ ਕੋਈ ਜ਼ਿਆਦਾ ਅਪਸੈਟ ਆ, ਉਹਨੂੰ ਆਪਾਂ ਉੱਥੇ ਰੱਖ ਕੇ ਥੋੜ੍ਹਾ ਸਟੇਬਲ ਕਰ ਸਕਦੇ, ਥੋੜ੍ਹਾ ਠੀਕ ਹੋ ਸਕਦੇ ਨੇ। ਬਹੁਤ ਹੀ ਚੰਗੇ ਡਾਕਟਰ ਸਾਡੇ ਕੋਲ ਲੁਧਿਆਣੇ ਦੇ, CMC ਦੇ, ਦੀਪਕ ਹਸਪਤਾਲ ਦੇ, ਰਘੂਨਾਥ ਦੇ, ਗੁਰੂ ਤੇਗ ਬਹਾਦਰ ਹੋਸਪਿਟਲ ਦੇ ਆ ਕੇ ਚੈੱਕ ਕਰਦੇ ਨੇ ਡਾਕਟਰ, ਦਵਾਈਆਂ ਦਿੰਦੇ ਨੇ। ਅੱਜ ਸੋਨੀ ਬਾਈ ਦੀ ਇਸ ਹਾਲਤ ਨੂੰ ਦੇਖਦਿਆਂ ਅਸੀਂ ਅੱਜ ਝਮੇੜੀ ਪਿੰਡ ਪਹੁੰਚੇ ਹਾਂ। ਬਸ ਅਰਦਾਸ ਕਰਿਓ ਵੀ ਇਹ ਵੀਰਾ ਠੀਕ ਹੋ ਜਾਵੇ, ਆਪਦਾ ਘਰ ਸਾਂਭਣ ਜੋਗਾ ਹੋਇਆ, ਐਡੀ ਕੋਠੀ ਪਾਈ, ਐਡਾ ਘਰ ਆ, ਖੰਡਰ ਬਣਿਆ ਪਿਆ, ਅੰਦਰ ਰਹਿਣ ਵਾਲੀ 2 ਭਰਾ ਤੇ 1 ਮਾਂ, ਇਹ ਇੱਥੇ ਬੰਨਿਆ ਹੋਇਆ, ਦੂਜਾ ਭਰਾ ਵਿਚਾਰਾ ਉਹ ਵੀ ਸਾਊ ਬੰਦਾ, ਪੱਠੇ ਪਾ ਲਏ ਮੱਝਾਂ ਨੂੰ, ਮੈਂ ਕੰਮ ਕਰਕੇ ਰੋਟੀ ਖਾਈ ਜਾਂਦੇ। ਮਾਂ ਵਿਚਾਰੀ ਦੇ ਹੱਥ ਪੈਰ ਉਹਦੇ ਗਲੇ ਪਏ ਆ, ਸਾਰਾ ਦਿਨ ਇਕੱਲੀ ਕੋਈ ਝਾੜੂ ਮਾਰ ਲਿਆ, ਕਿਤੇ ਉੱਪਰ ਰੋਟੀਆਂ ਲਾ ਲਈਆਂ, ਕਿਤੇ ਇਹਦਾ ਗੰਦ ਮੰਦ ਚੱਕ ਲਿਆ, ਮੰਜਾ ਪਿਆ। ਅੱਜ ਮਾਂ ਬੈਠੀ ਆ, ਕੱਲ ਨੂੰ ਮਾਂ ਦੇ ਪ੍ਰਾਣ ਪਖੇਰੂ ਹੋ ਗਏ, ਫਿਰ ਕੌਣ ਕਰੂਗਾ, ਦੋਨੇ ਭਰਾ ਵਾ, ਕੋਈ ਰਿਸ਼ਤਾ ਵੀ ਨਹੀਂ ਕਰਦਾ,
ਦੂਜਾ ਵੀ ਵਿਆਹ ਨਹੀਂ ਹੋਇਆ ਛੋਟਾ ਵਿਆਹ ਨਹੀਂ ਨਹੀਂ ਵਿਆਹ ਹੀ ਨਹੀਂ ਹੋਇਆ ਘਬਰਾਈਏ ਉਹ ਅਲੱਗ ਆ ਇੱਕ ਵੱਡਾ ਭਾਈ ਵਿਆਹ ਹੋਇਆ ਉਹ ਅਲੱਗ ਆ ਉਹ ਵੀ ਬੱਚੇ ਵਿਚਾਰੇ ਇੱਥੇ ਦੇ ਸਾਹਮਣੇ ਕਿਉਂਕਿ ਘਰੇ ਬਿਨਾਂ ਕੱਪੜਿਆਂ ਤੋਂ ਬੰਨਿਆ ਹੋਇਆ ਤੇ ਦੂਜੇ ਨੂੰ ਰਿਸ਼ਤਾ ਕੌਣ ਕਰੂ ਜਦ ਤੱਕਰ ਘਰ ਦੇ ਵਿੱਚ ਇਹ ਵੀ ਏਦਾਂ ਦੀ ਹਾਲਤ ਦੇ ਵਿੱਚ ਆ ਇੱਕ ਬੰਦੇ ਕਰਕੇ ਸਾਰੀ ਫੈਮਿਲੀ ਸਫ਼ਰ ਕਰ ਰਹੀ ਆ ਤੇ ਕਿੰਨਾ ਟਾਈਮ ਕਿੰਨਾ ਵਕਤ ਲੱਗੂ ਇਸ ਚੀਜ਼ ਨੂੰ ਕਿੰਨੇ ਸਾਲ ਆਪਾਂ ਜੇ ਹੋਰ ਇਹਨੂੰ ਬੰਨਿਆ ਰੱਖਣਾ ਪਰ ਜੇ ਆਪਾਂ ਰਲ ਕੇ ਉਪਰਾਲਾ ਕਰੀਏ ਤਾਂ ਬਹੁਤ ਸਾਰੇ ਸੋਨੀ ਵਰਗੇ ਨੌਜਵਾਨ ਆਜ਼ਾਦ ਜ਼ਿੰਦਗੀ ਤਾਂ ਜਿਉਂ ਹੀ ਸਕਦੇ ਆ ਬਸ ਇੰਨੀਆਂ ਸਾਡੀਆਂ ਬੇਨਤੀਆਂ ਜੀ ਇਹਦਾ ਬ੍ਰਦਰ ਪਿੰਡ 'ਚ ਗਿਆ ਹੋਇਆ ਕਿਤੇ ਉਹਨੂੰ ਦੇਖਦੇ ਹਾਂ ਵੀ ਰਾਜੂਗਾ ਮਾਂ ਤਾਂ ਇੱਥੇ ਹੀ ਉਹ ਤਾਂ ਵਿਚਾਰੀ ਕਹੀ ਜਾਂਦੀ ਹੈ ਵੀ ਲੈ ਜਾਓ ਤੇ ਅਸੀਂ ਵੀ ਵੀਰ ਨੂੰ ਆਪਣੇ ਨਾਲ ਲੈ ਕੇ ਜਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੀ ਵੀਰੇ ਚੱਲੀਏ ਫਿਰ ਆਪਾਂ ਹਸਪਤਾਲ ਨੂੰ ਹੈ ਦਵਾਈ ਲੈਣ ਚੱਲੀਏ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬਾਨ ਗੁਰ ਪ੍ਰਸ਼ਾਦ ਜਪ ਆਦਿ ਸਤਿ ਸ੍ਰੀ ਅਕਾਲ ਸਚ ਹੈਪੀ ਸਚ ਨਾਨਕ ਹੋਸੀ ਕੀ ਸਚ ਖੋਲਦੀ ਸੰਗਲ ਉੱਧਰ ਚੱਲਦੇ ਆ ਮੂਰਤੀ ਸੋਨੀ ਪਾਲਾ ਕੱਪੜੇ ਨਵੇਂ ਦਵਾਈ ਲੈਣ ਜਾਣਾ ਸੋਨੀ ਚੱਲ ਉੱਠ ਚੱਲੀਏ ਪਾ ਪਜਾਮਾ ਪਾ ਚਾਬੀ ਮੈਂ ਲਈ ਫਿਰਦਾ ਮੈਂ ਖੋਲਦਾ ਵੀਰੇ ਗੁੱਸਾ ਨੀ ਕਰਨਾ ਸੋਨੀ ਬਾਈ ਭਰਾ ਮਾ ਤੂੰ ਸਾਡਾ ਖੋਲਿਆ ਨੀ ਕਦੇ ਵੀ ਇਹ ਸੋਨੀ ਕਿੰਨੇ ਸਾਲ ਹੋ ਗਏ ਸੋਨੀ ਲੱਗੇ ਨੂੰ ਕਾਫੀ ਸਾਲ ਹੋ ਗਏ ਸੋਨੀ ਜੇ ਇਹਨੂੰ ਖੋਲ ਦਈਏ ਉਦੋਂ ਬਾਅਦ ਦੇ ਵਿੱਚ ਵਧੀਆ ਜ਼ਿੰਦਗੀ ਜਿਉਂ ਤੂੰ ਹੈਨਾ ਦਵਾਈ ਲੈ ਲਾਂਗੇ ਬਾਈ ਆਪਾਂ ਕਿਉਂ ਤੇ ਮਾਂ ਨੇ ਚਾਬੀ ਦਿੱਤੀ ਆ ਜੰਗਾਲ ਲੱਗਿਆ ਪਿਆ ਚਾਬੀ ਨੂੰ ਵੀ ਜਿੰਦਾ ਵੀ ਨੀ ਖੁੱਲ ਰਿਹਾ ਤੇ ਸੰਗਲ ਇੱਥੇ ਬਾਰੀ ਦੇ ਨਾਲ ਲਾਇਆ ਹੋਇਆ ਵਾ ਇੱਥੇ ਹੀ ਲੈਟਰਿਨ ਬਾਥਰੂਮ ਕਰ ਦਿੰਦਾ ਵੀਰਾ ਮਾਤਾ ਚੱਕ ਦਿੰਦੀ ਆ ਨਹੀਂ ਮਾਂ ਲੱਗ ਹੀ ਨੀ ਰਹੀ ਚਾਬੀ ਜੰਗਾਲ ਲੱਗਿਆ ਪਿਆ ਅਸੀਂ ਵੀ ਕੋਸ਼ਿਸ਼ ਕਰਕੇ ਦੇਖੀ ਆ ਆ ਵੀਰੇ ਹੱਥ ਪਾਇਓ ਮਾੜਾ ਕਟਰ ਨਾਲ ਆਪਾਂ ਕੱਟ ਦਿੰਦੇ ਹਾਂ ਕੋਈ ਨਾ ਜਿੰਦਾ ਆਹ ਆਹ ਕੱਟਣੀ ਆ ਕੋੜੀ ਕੋੜੀ ਕੱਟੀ ਜਾਊਗੀ ਬਾਈ ਬੋਲੇ ਸੋਨਿਹਾ ਸਤਿ ਸ੍ਰੀ ਅਕਾਲ ਸੰਗਲ ਲੱਗੇ ਨੂੰ ਇੰਨਾ ਟਾਈਮ ਹੋ ਗਿਆ ਸੀ ਬਾਈ ਦੇ ਪਜਾਮਾ ਵੀ ਨੀ ਸੀ ਪਾਉਂਦਾ ਕਿਸੇ ਟਾਈਮ ਦੇਖੋ ਸੋਨੀ ਨੇ ਆਪਣੇ ਡੋਲਿਆਂ ਦੇ ਉੱਤੇ ਬਾਜ ਬਣਾਏ ਹੋਏ ਆ ਨਾ ਇੱਕ ਪਾਸੇ ਸੱਪ ਬਣਾਏ ਹੋਏ ਆ ਸੋਨੀ ਦਿਖਾਈ ਬਲਵੀਰ ਗਰੇਵਾਲ ਸਾਹਿਬ ਦਿਖਾਇਓ ਦੇਖੋ ਆ ਸੱਪ ਬਣੇ ਹੋਏ ਆ ਵੱਡੇ ਵੱਡੇ ਦੋ ਉਹਦੇ ਪਾਸੇ ਬਾਜ ਬਣਿਆ ਹੋਇਆ ਹਨਾ ਪੂਰਾ ਸ਼ੌਕੀਨ ਸੀ ਮੁੰਡਾ ਵਧੀਆ ਪਰਿਵਾਰ ਸੀ ਖੇਤੀਬਾੜੀ ਕਰਦੇ ਜ਼ਮੀਨ ਜਾਇਦਾਦ ਵਾਲੇ ਪਰਿਵਾਰ ਆ ਬਾਈ ਉਹੀ ਬੰਨੀ ਰੱਖਿਆ ਜਮਾਂ ਠੀਕ ਆ ਬਾਈ ਹਨਾ ਕੋਈ ਗੱਲ ਹੀ ਨਹੀਂ ਉਹਦਾ ਕੋਈ ਪ੍ਰੋਬਲਮ ਹੀ ਨਹੀਂ ਬਾਈ ਰੱਖ ਆਪਦੇ ਕੱਪੜੇ ਪਾਈ ਜਾਂਦਾ ਸਾਰਿਆਂ ਨੂੰ ਜਾਣਦਾ ਆਜਾ ਉੱਠ ਕੇ ਖੜਾ ਬਾਹਰ ਆਇਆ ਆਜਾ ਬਾਹਰ ਨਿਕਲ ਅੱਜ ਬੋਲੇ ਅੱਜ ਕਿੰਨੇ ਦਿਨਾਂ ਬਾਅਦ ਸੋਨੀ ਇੱਥੇ ਤੱਕ ਪੈਰ ਧਰਿਆ ਕਾਫੀ ਸਾਲਾਂ ਬਾਅਦ ਅੱਜ ਨਿਕਲਿਆ ਬਾਹਰ ਦੇਖੋ ਸੋਨੀ ਵੀਰਾ ਦੱਸਦਾ ਕਿੰਨੇ ਸਾਲਾਂ ਬਾਅਦ ਸੋਨੀ ਗਰੇਵਾਲ ਅੱਜ ਨਿਕਲ ਰਿਹਾ ਘਰੋਂ ਆ ਦਿਓੜੀਆਂ ਟੱਪ ਰਿਹਾ ਅੱਜ ਸੋਨੀ ਵੀਰਾ ਕਿੰਨੇ 5-6 ਸਾਲਾਂ ਬਾਅਦ ਅੱਜ ਆ ਸੜਕ ਤੇ ਆਇਆ ਸੋਨੀਆ ਕਿੰਨੇ ਘਰ ਘੁਰ ਬਣ ਗਏ ਹਨਾ ਆਲੇ ਦੁਆਲੇ ਆ ਰਹੇ ਇੱਧਰ ਨੂੰ ਝਾਕ 9 ਸਾਲਾਂ ਬਾਅਦ ਬਾਹਰ ਨਿਕਲਿਆ ਅੱਜ ਲੁੱਟ ਮਾਰ ਕਰਦੇ ਲੋਕ ਮਾਰਨਗੇ ਅਗਲਾ ਘਰੇ
ਗੱਲ ਕੋਈ ਨਹੀਂ ਰੋ ਨਾ रिश्ते रुश्ते आंदे सी इन्हां वास्ते कि नहीं ज्यादा तो बतेरी आ रिश्ते किवें नहीं आउणगे वधिया बंदे साबका सरपंच है हैं ये भी मंगया होया सी मां जमीन किन्नी है भाई छे किले जमीन शहर दे विच आउंदी करोड़ां दी जमीन आ बस इहदे करके हो गए कोई ना भाई इहने भी ठीक हो जाणा मेरी बेनती आ हुण साथ दिओ लेकिन हुण दो मज्जां नूं पट्ठिआं दे चक्कर च इह ना सोचो भी असीं आ नहीं सकदे इक जणा नाल रहो दस क दिन दस क दिनां बाद कोई गल नहीं जे उत्थे साडे कोल सैटल हो जाऊगा वीरा फिर चाहे तुसीं मुड़े आयो गिजो बेबे ठीक हो जाना भाई मिलाओ हाथ सोनी ने आड़ी सारे यार भाई पिंड आले मना ला सोनी चल कोई ना यार साडे करके ही मना ला सोनी कोई ना जी हो ही जांदा बीमारी एदां दी घरदियां दे प्रति हो जांदी है चीज चंगा जी भाई सत श्री अकाल सारा वाहे खालसा वाहे फतेह वाहेगुरु जी की कृपा दे नाल सोनी वीरा सुपने दे घर पहुंच गया जी अज ਇਹ ਵੀਰਾ ਸੁਪਨਿਆਂ ਦੇ ਘਰ ਦਾ ਮੈਂਬਰ ਬਣ ਜਾ ਰਿਹਾ ਸੋਨੀ ਗਰੇਵਾਲ ਵੀਰ ਦੇ ਆ ਬੇੜੀਆਂ ਕਦੇ ਨਾ ਲੱਗਣ ਪੈਰਾਂ ਨੂੰ ਬਸ ਅਰਦਾਸ ਕਰਿਓ ਸਾਰੇ ਜਾਣੇ ਸੱਚੇ ਪਾਤਸ਼ਾਹ ਮਿਹਰ ਕਰਿਓ ਸਾਡੇ ਵੀਰ ਨੂੰ ਕਦੇ ਵੀ ਇਹਨਾਂ ਸੰਗਲਾਂ ਨਾਲ ਜਕੜਨਾ ਨਾ ਪਵੇ ਪਰਿਵਾਰ ਨੂੰ ਸਮਤ ਬਖਸ਼ਿਓ ਬਲ ਬੁੱਧੀ ਬਖਸ਼ਿਓ ਵੀ ਇਹ ਆਪਣੇ ਪਰਿਵਾਰਕ ਮੈਂਬਰ ਦੀ ਸੇਵਾ ਸੰਭਾਲ ਕਰ ਸਕਣ ਚੰਗਾ ਜੀਵਨ ਬਤੀਤ ਕਰ ਸਕ ਅੱਜ ਚਾਬੀ ਜਿਹੜੀ ਮਾਂ ਨੇ ਦਿੱਤੀ ਸਾਨੂੰ ਉਹ ਵੀ ਵਿਚਾਰੇ ਗਲਿਆ ਪਿਆ ਸੀ ਤਾਲਾ ਖੁੱਲਿਆ ਨਹੀਂ ਵੱਢ ਕੇ ਸੰਗਲ ਫੇਰ ਲੈ ਕੇ ਆਉਂਦਾ ਹਾੜ ਸਿਆਲ ਪਜਾਮਾ ਨਹੀਂ ਸੀ ਪਾ ਹੁੰਦਾ ਬਾਈ ਦੇ ਕਿਉਂਕਿ ਗਿੱਟੇ ਨੂੰ ਸੰਗਲ ਲੱਗਿਆ ਸੀ ਤਾਂ ਪਜਾਮਾ ਤਾਂ ਪੈ ਹੀ ਨਹੀਂ ਸਕਦਾ ਸੀ ਬਸ ਤੌਲੀਆ ਬੰਨ ਕੇ ਨਗਨ ਅਵਸਥਾ ਦੇ ਵਿੱਚ ਹੀ ਸੋਨੇ ਵੀਰਾ ਰਹਿੰਦਾ ਸੀ ਬਸ ਅੱਜ ਤੁਹਾਡੀਆਂ ਦੁਆਵਾਂ ਅਰਦਾਸਾਂ ਸਦਕਾ ਤੁਹਾਡੀਆਂ ਅਸੀਸਾਂ ਸਦਕਾ ਇਹ ਸੇਵਾ ਮਹਾਰਾਜ ਨੇ ਜਿਹੜੀ ਬਖਸ਼ੀ ਆ ਇਹਨੂੰ ਅਸੀਂ ਚੰਗੇ ਮਨ ਨਾਲ ਸਾਫ਼ ਨੀਤਾਂ ਨਿਭਾ ਸਕੀਏ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ